ਜੁਗ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਹਲਤ ਪਲਤ ਦੇ ਰੱਖਿਅਕ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਨ ਦਿਆਲੂ ਕਿਰਪਾ ਨਿਧਾਨ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਸੁਭਾਏ ਮਾਨ ਜੁੜ ਬੈਠੀ ਸਮੂਹ ਸਾਧ ਸੰਗਤ ਜੀਓ ਆਪ ਬੜੇ ਪਿਆਰ ਸਤਿਕਾਰ ਸਹਿਤ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਵਿੱਚ ਬਿਰਾਜਮਾਨ ਹੋ ਆਪ ਜੀ ਨੇ ਪਿਆਰ ਸਹਿਤ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸ਼੍ਰਵਣ ਕੀਤਾ ਹੈ। ਕੀਰਤਨ ਦੀ ਸੰਪੂਰਨਤਾ ਤੋਂ ਬਾਅਦ ਆਪ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ 'ਚੋਂ ਉਚਾਰਨ ਹੋਏ ਕੁਝ ਅੰਮ੍ਰਿਤ ਬਚਨ ਸੁਣੇ ਨੇ। ਅੱਜ ਇਹਨਾਂ ਹੀ ਪਵਿੱਤਰ ਬਚਨਾਂ ਨੂੰ ਅਸੀਂ ਲੜੀਵਾਰ ਸ਼ਬਦ ਦੀ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ ਇਹਨਾਂ ਅੰਮ੍ਰਿਤ ਬਚਨਾਂ ਨੂੰ ਵਿਚਾਰਨ ਦਾ ਯਤਨ ਕਰਨਾ। ਇਹ ਪਾਵਨ ਸ਼ਬਦ 351 ਅੰਗ 'ਤੇ ਦਰਜ ਹੈ ਜੀ। ਅੱਜ ਤਰਤੀਬ ਦੇ ਅੰਦਰ ਇਹ ਸ਼ਬਦ ਨੌਵਾਂ ਸ਼ਬਦ ਹੈ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। 8 ਸ਼ਬਦ ਅਸੀਂ ਪਿੱਛੇ ਵਿਚਾਰ ਚੁੱਕੇ ਹਾਂ, ਅੱਜ ਇਹ ਨੌਵਾਂ ਸ਼ਬਦ ਹੈ ਅਤੇ ਇਸ ਸ਼ਬਦ ਵਿੱਚ ਜੋ ਮਹਾਰਾਜ ਸਾਨੂੰ ਸਮਝਾਉਂਦੇ ਆ, ਸਿੱਖਿਆ ਦਿੰਦੇ ਆ, ਅੱਜ ਉਹਨਾਂ ਅੰਮ੍ਰਿਤ ਬਚਨਾਂ ਨੂੰ ਅਸੀਂ ਵਿਚਾਰਨ ਦਾ ਸਮਝਣ ਦਾ ਯਤਨ ਕਰਾਂਗੇ। ਸੋ ਆਓ ਜਿਤਨੇ ਵੀ ਆਪ ਜੀ ਗੁਰਮੁਖ ਪਿਆਰੇ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਹੋ, ਕੋਈ ਰਸਨਾ ਵਾਂਝੀ ਨਾ ਰਹੇ, ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ। ਫੇਰ ਕਰੋ ਕਿਰਪਾ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ। ਆਸਾ ਮਹੱਲਾ ਪਹਿਲਾ, ਰਾਗ ਆਸਾ ਦੇ ਅੰਦਰ ਸਤਿਗੁਰੂ ਜੀ ਦੇ ਇਹ ਸ਼ਬਦ ਚੱਲ ਰਹੇ ਨੇ। ਗਰੀਬ ਨਿਵਾਜ ਫਰਮਾਉਂਦੇ ਨੇ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰ ਜਨਹਾਰ। ਸਤਿਗੁਰੂ ਜੀ ਆਖਦੇ ਆ ਮੇਰੇ ਅੰਦਰ ਇੱਕ ਗੁਣ ਹੈ, ਗੁਣ ਇਹ ਹੈ ਕਿ ਮੈਂ ਕੇਵਲ ਅਤੇ ਕੇਵਲ ਫੋਕੀਆਂ ਗੱਲਾਂ ਕਰ ਕਰਕੇ ਨਾ ਆਪਣੇ ਸਿਰ 'ਤੇ ਇੱਕ ਪਾਪਾਂ ਦੀ ਪੰਡ ਚੁੱਕੀ ਹੋਈ ਹੈ। ਮੈਂ ਕੇਵਲ ਅਤੇ ਕੇਵਲ ਧਰਮ ਦੀਆਂ ਜਾਂ ਰੂਹਾਨੀਅਤ ਦੀਆਂ, ਰੱਬ ਦੀਆਂ ਬਸ ਗੱਲਾਂ ਹੀ ਕਰਦਾ ਹਾਂ, ਹੋਰ ਮੈਂ ਕੁਝ ਨਹੀਂ ਕਰਦਾ। ਮੇਰੇ ਪੱਲੇ ਕੇਵਲ ਅਤੇ ਕੇਵਲ ਗੱਲਾਂ ਹੀ ਨੇ,
ਮੇਰੇ ਪੱਲੇ ਉਹਨਾਂ ਗੱਲਾਂ ਨੂੰ ਕਮਾਉਣ ਦੀ ਕੋਈ ਤਾਕਤ ਨਹੀਂ ਹੈ। ਭਾਵ ਕਿ ਮੈਂ ਕੇਵਲ ਆਪਣੀ ਜ਼ੁਬਾਨ 'ਚੋਂ ਬੋਲਦਾ ਹੀ ਹਾਂ, ਉਹਨੂੰ ਕਦੀ ਜੀਵਨ 'ਚ ਪ੍ਰੈਕਟੀਕਲ ਨਹੀਂ ਕਰਦਾ। ਹਜ਼ੂਰ ਕਹਿ ਰਿਹਾ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਜਿਹੜੀ ਮੈਂ ਆਪਣੀ ਗੱਲਾਂ ਦੀ ਖੱਟੀ ਖਾਨਾ ਹਾਂ। ਮੈਨੂੰ ਲੱਗਦਾ ਕਿ ਮੈਂ ਆਪਣੇ ਜੀਵਨ ਵਿੱਚ ਬੜਾ ਸੁਖੀ ਹਾਂ, ਬੜਾ ਸੋਹਣਾ ਚੱਲੀ ਜਾਂਦਾ ਹੈ, ਪਰ ਇਹ ਸੋਹਣਾ ਚੱਲਦਾ ਨਹੀਂ ਹੈ ਜਿਹੜਾ ਮੇਰੇ ਸਿਰ 'ਤੇ ਪਾਪਾਂ ਦੀ ਭਾਰੀ ਪੰਡ ਪੈ ਚੁੱਕੀ ਹੈ ਨਾ, ਇਹਦਾ ਭਾਰ ਲਾਉਣਾ ਬਹੁਤ ਔਖਾ ਹੈ। ਕਿਉਂਕਿ ਜਦੋਂ ਕੇਵਲ ਅਤੇ ਕੇਵਲ ਮਨੁੱਖ ਦੇ ਪੱਲੇ ਗੱਲਾਂ ਹੀ ਹੁੰਦੀਆਂ ਨੇ, ਕਥਨ ਹੁੰਦਾ, ਵਖਿਆਨ ਹੁੰਦਾ, ਉਸ ਕਥਨ ਉਸ ਵਖਿਆਨ ਨੂੰ ਮਨੁੱਖ ਆਪਣੇ ਜੀਵਨ ਵਿੱਚ ਹੰਢਾਉਂਦਾ ਨਹੀਂ ਹੈ, ਜੀਵਨ ਅੰਦਰ ਕਮਾਉਂਦਾ ਨਹੀਂ ਹੈ। ਅਤੇ ਮਹਾਰਾਜ ਆਖਦੇ ਇਹਦਾ ਮਤਲਬ ਸਾਫ ਹੈ ਕਿ ਉਹ ਬੰਦਾ ਕੇਵਲ ਅਤੇ ਕੇਵਲ ਗੱਲਾਂ ਕਰਨੀਆਂ ਜਾਣਦਾ ਅਤੇ ਸਾਰੀ ਜ਼ਿੰਦਗੀ ਉਹ ਆਪਣੀਆਂ ਗੱਲਾਂ ਦੀ ਖੱਟੀ ਹੀ ਖਾਂਦਾ ਹੈ। ਬੜੇ ਨੇ ਇਸੇ ਦੁਨੀਆਂ ਦੇ ਅੰਦਰ ਜੋ ਕੇਵਲ ਅਤੇ ਕੇਵਲ ਆਪਣੀ ਗੱਲਾਂ ਦੀ ਕਮਾਈ ਦੇ ਸਦਕਾ ਹੀ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦੇ ਆ। ਗੱਲਾਂ ਕਰਨਗੇ, ਗੱਲਾਂ ਕਰ ਕਰਕੇ ਉਹਨਾਂ ਦੇ ਜੀਵਨ ਦੇ ਗੁਜ਼ਾਰੇ ਚੱਲਦੇ ਆ। ਮਹਾਰਾਜ ਆਖਦਾ ਇਹ ਗੱਲ ਵੱਖਰੀ ਹੈ ਕਿ ਦੁਨੀਆਂ ਦੇ ਅੰਦਰ ਕੋਈ ਗੱਲਾਂ ਦੇ ਨਾਲ ਆਪਣੇ ਜੀਵਨ ਦਾ ਨਿਰਵਾਹ ਕਰ ਰਿਹਾ ਹੈ, ਪਰ ਜਦੋਂ ਧਰਮ ਦੀ ਗੱਲ ਆਏਗੀ, ਰੂਹਾਨੀਅਤ ਦੀ ਗੱਲ ਆਏਗੀ, ਇੱਥੇ ਗੱਲਾਂ ਕਰਨ ਵਾਲੇ ਪ੍ਰਵਾਨ ਨਹੀਂ ਹੋਣਗੇ। ਇੱਥੇ ਗੱਲਾਂ ਕਰਨ ਵਾਲਿਆਂ ਨੂੰ ਰੱਬ ਦੇ ਘਰ ਥਾਂ ਨਹੀਂ ਮਿਲੇਗੀ। ਇੱਥੇ ਗੱਲਾਂ ਘੱਟ ਕਰਨ ਵਾਲੇ ਅਤੇ ਕਮਾਈ ਜ਼ਿਆਦਾ ਕਰਨ ਵਾਲੇ ਪ੍ਰਵਾਨ ਹੋਣਗੇ। ਵੈਸੇ ਜਦੋਂ ਅਸੀਂ ਸੰਸਾਰ ਵਿੱਚ ਝਾਤ ਮਾਰਦੇ ਹਾਂ, ਸਾਧ ਸੰਗਤ ਜੀ, ਅੱਜ ਦੇ ਦੌਰ ਵਿੱਚ ਜ਼ਿਆਦਾਤਰ ਸਾਨੂੰ ਧਰਮ, ਗੁਰੂ, ਪਰਮਾਤਮਾ, ਰੱਬ ਦੀਆਂ ਗੱਲਾਂ ਕਰਨ ਵਾਲੇ ਬੰਦੇ ਹੀ ਮਿਲਣਗੇ। ਜੋ ਉਹਨਾਂ ਦੇ ਮੁੱਖ ਵਿੱਚੋਂ ਸੁਣਦੇ ਹੁੰਦੇ ਆ, ਉਹਨਾਂ ਦਾ 1% ਵੀ ਉਹਨਾਂ ਨੇ ਆਪਣੇ ਜੀਵਨ 'ਚ ਕਮਾਇਆ ਨਹੀਂ ਹੁੰਦਾ। ਗੱਲਾਂ ਭਾਵੇਂ ਬਹੁਤ ਵੱਡੀਆਂ ਵੱਡੀਆਂ ਹੋਣਗੀਆਂ, ਕਈ ਵਾਰ ਤਾਂ ਬੰਦਾ ਗੱਲਾਂ ਦਸ਼ਮ ਦੁਆਰ ਦੀਆਂ ਵੀ ਕਰਦਾ ਹੁੰਦਾ, ਗੱਲਾਂ ਬ੍ਰਹਮ ਗਿਆਨ ਦੀਆਂ ਵੀ ਕਰਦਾ ਹੁੰਦਾ, ਗੱਲਾਂ ਪਰਮ ਪਦ ਦੀਆਂ ਵੀ ਕਰਦਾ ਹੁੰਦਾ ਅਤੇ ਸਾਧ ਸੰਗਤ ਜੀ, ਪਰ ਜਦੋਂ ਉਹਨੂੰ ਉਸ ਦੀ ਕਮਾਈ ਬਾਰੇ ਪੁੱਛਦੇ ਆ ਤੇ ਉਦੋਂ ਮਨੁੱਖ ਜੀਰੋ ਹੁੰਦਾ ਹੈ। ਸ਼ਾਇਦ ਇਸੇ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਇਵੇਂ ਵੀ ਪ੍ਰਚਾਰਿਆ, ਜਿੱਥੇ ਮਹਾਰਾਜ ਆਖਦਿਆ ਹਰ ਜਸ ਸੁਨਹੇ ਨਾ ਹਰ ਗੁਣ ਗਾਵੇ, ਬਾਤਣ ਹੀ ਅਸਮਾਨ ਗਿਰਾਵੇ। ਮਹਾਰਾਜ ਆਖਦਿਆ ਨਾ ਕਦੀ ਬੰਦੇ ਨੇ ਹਰੀ ਦਾ ਜਸ ਸੁਣਿਆ, ਨਾ ਕਦੀ ਪਰਮਾਤਮਾ ਦੇ ਗੁਣਾਂ ਨੂੰ ਗਾਇਆ, ਨਾ ਕਦੀ ਉਹਦਾ ਨਾਮ ਜਪਿਆ, ਨਾ ਕਦੀ ਉਹਦੀ ਬੰਦਗੀ ਕੀਤੀ ਹੈ। ਪਰ ਜਦੋਂ ਬੰਦੇ ਦੀਆਂ ਗੱਲਾਂ ਸੁਣਦੇ ਆ, ਇੰਜ ਲੱਗਦਾ ਜਿਵੇਂ ਆਸਮਾਨ ਨੂੰ ਵੀ ਜ਼ਮੀਨ 'ਤੇ ਲੈ ਆਏਗਾ। ਭਾਵ ਗੱਲਾਂ ਬਹੁਤ ਵੱਡੀਆਂ ਵੱਡੀਆਂ, ਬਾਤਾਂ ਬਹੁਤ ਵੱਡੀਆਂ ਕਰਦਾ, ਪਰ ਮਹਾਰਾਜ ਨੇ ਨਾਲ ਹੀ ਸੁਚੇਤ ਕੀਤਾ। ਸਤਿਗੁਰ ਜੀ ਆਖਦਿਆ ਐਸੇ ਲੋਗਨ ਸਿਉਂ ਕਿਆ ਕਹੀਏ, ਇਹਨਾਂ ਲੋਕਾਂ ਦੇ ਬਾਰੇ ਕੀ ਕਹਿਣਾ ਬਈ, ਇਹੋ ਜੇ ਲੋਕਾਂ ਤੋਂ ਤੇ ਜਿੰਨਾ ਬਚਿਆ ਜਾਂਦਾ ਓਨਾ ਬਚ ਲੈਣਾ ਚਾਹੀਦਾ। ਐਸੇ ਲੋਗਨ ਸਿਉਂ ਕਿਆ ਕਹੀਏ, ਜਿਨ ਪ੍ਰਭ ਕੀਏ ਭਗਤ ਤੇ ਵਾਹਜ, ਤਿੰਨ ਤੇ ਸਦਾ ਡਰਾਨੇ,
ਰਹੀ ਹੈ। ਇਹੋ ਜਿਹੇ ਬੰਦਿਆਂ ਤੋਂ ਦੂਰ ਹੀ ਠੀਕ ਹੈ, ਇਹੋ ਜਿਹੇ ਬੰਦਿਆਂ ਤੋਂ ਤੇ ਡਰ ਕੇ ਰਹਿਣਾ ਚਾਹੀਦਾ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਤੋਂ ਖਾਰਜ ਕੀਤਾ ਹੋਇਆ। ਬਸ ਗੱਲਾਂ ਹੀ ਇਹਨਾਂ ਦੇ ਪੱਲੇ ਨੇ, ਕਮਾਈ ਇਹਨਾਂ ਦੇ ਪੱਲੇ ਨਹੀਂ ਹੈ। ਸਤਿਗੁਰੂ ਜੀ ਆਖਦੇ ਆ ਗੱਲਾਂ ਕਰਨ ਵਾਲੇ ਦੁਨੀਆਂ ਤੇ ਬਹੁਤ ਨੇ, ਪਰ ਉਹਨਾਂ ਗੱਲਾਂ ਨੂੰ ਕਮਾਉਣ ਵਾਲੇ ਦੁਨੀਆਂ ਤੇ ਬਹੁਤ ਘੱਟ ਨੇ। ਵੈਸੇ ਵੀ ਕੁਆਂਟਿਟੀ ਹਮੇਸ਼ਾ ਜ਼ਿਆਦੀ ਹੁੰਦੀ ਹੈ, ਕੁਆਲਿਟੀ ਹਮੇਸ਼ਾ ਥੋੜ੍ਹੀ ਹੁੰਦੀ ਹੈ। ਸਾਧ ਸੰਗਤ ਧਰਮ ਕਮਾਉਣ ਵਾਲੇ ਤੁਹਾਨੂੰ ਬਹੁਤ ਘੱਟ ਮਿਲਣਗੇ, ਤੇ ਜਿਨ੍ਹਾਂ ਨੇ ਜਿਹੜੇ ਬਸ ਧਰਮ ਦੀਆਂ ਗੱਲਾਂ ਕਰਨੀਆਂ ਜਾਣਦੇ ਆ ਉਹਨਾਂ ਦੀ ਗਿਣਤੀ ਤੁਹਾਨੂੰ ਹਮੇਸ਼ਾ ਜ਼ਿਆਦਾ ਹੀ ਮਿਲੇਗੀ। ਗੱਲ ਵੇਖੋ, ਗੱਲਾਂ ਕਰਨੀਆਂ ਸੌਖੀਆਂ ਨੇ, ਗੱਲਾਂ ਕਰਨੀਆਂ ਕੋਈ ਵੱਡਾ ਕੰਮ ਨਹੀਂ ਹੈ, ਕੋਈ ਔਖਾ ਕੰਮ ਨਹੀਂ ਹੈ। ਗੱਲਾਂ ਕਰਨੀਆਂ ਨੇ, ਜਿੰਨੀਆਂ ਮਰਜ਼ੀ ਕਰੀ ਚੱਲੋ। ਗੱਲ ਤੇ ਸਾਰੀ ਕਮਾਉਣ ਦੀ ਹੈ ਨਾ, ਗੱਲ ਤੇ ਨਾਮ ਜਪਣ ਦੀ ਹੈ। ਹੁਣ ਇਹ ਕਹਿਣਾ ਸੁੱਖ ਹੈ ਵੀ ਨਾਮ ਜਪ ਕੇ ਆਹ ਅਵਸਥਾ ਮਿਲਦੀ ਹੈ, ਨਾਮ ਜਪ ਕੇ ਆਹ ਸੁੱਖ ਮਿਲਦਾ ਹੈ, ਨਾਮ ਜਪ ਕੇ ਜ਼ਿੰਦਗੀ ਵਿੱਚ ਆ ਪ੍ਰਾਪਤ ਹੁੰਦਾ, ਕਹਿਣ ਵਿੱਚ ਕਿਹੜਾ ਭਾਰ ਲੱਗਾ। ਪਰ ਜਦੋਂ ਚੌਂਕੜਾ ਮਾਰ ਕੇ ਬੈਠਣਾ ਪੈਂਦਾ ਪਤਾ ਤੇ ਫਿਰ ਲੱਗਦਾ ਨਾ, ਜਦੋਂ ਧਿਆਨ ਵਿੱਚ ਬੈਠਣਾ ਪੈਂਦਾ, ਜਦੋਂ ਕਈ ਕਈ ਘੰਟੇ ਸਮਾਧੀ ਨੂੰ ਦੇਣੇ ਪੈਂਦੇ ਆ। ਇਸ ਕਰਕੇ ਸਤਿਗੁਰੂ ਜੀ ਆਖਦੇ ਆ ਮੈਂ ਗੁਣ ਗੱਲਾਂ ਕੇ ਸਿਰ ਭਾਰ, ਮੇਰੇ ਪੱਲੇ ਨਾਮ ਨਹੀਂ ਹੈ, ਬੰਦਗੀ ਨਹੀਂ ਹੈ, ਪਰਮਾਤਮਾ ਦੀ ਕਮਾਈ ਨਹੀਂ ਹੈ, ਮੇਰੇ ਕੋਲ ਬਸ ਗੱਲਾਂ ਹੀ ਨੇ, ਆਹੀ ਇੱਕ ਗੁਣ ਹੈ ਮੇਰੇ ਪੱਲੇ, ਗੱਲਾਂ ਜਿੰਨੀਆਂ ਮਰਜ਼ੀ ਮੇਰੇ ਕੋਲੋਂ ਕਰਵਾ ਲਓ। ਮਹਾਰਾਜ ਆਖਦੇ ਆ ਪਰ ਆਹ ਗੱਲਾਂ ਦਾ ਹੀ ਮੇਰੇ ਸਿਰ ਤੇ ਭਾਰ ਬਹੁਤ ਹੈ। ਮੈਂ ਸੋਚਦਾ ਇਹ ਭਾਰ ਕਿਵੇਂ ਹੌਲਾ ਹੋਏਗਾ, ਇਸ ਭਾਰ ਦੀ ਪੰਡ ਨੂੰ ਕਿਵੇਂ ਹਲਕਾ ਕੀਤਾ ਜਾਏ। ਫਿਰ ਅੱਗੇ ਆਖਦੇ ਆ ਚਲੋ ਮੰਨ ਲਿਆ ਤੂੰ ਗੱਲਾਂ ਬਹੁਤ ਕਰਦਾ, ਪਰ ਜੇ ਕਿਤੇ ਤੂੰ ਗੱਲਾਂ ਉਸ ਪਰਮਾਤਮਾ ਦੇ ਸਿਫਤ ਦੀਆਂ ਕਰੇ, ਪਰਮਾਤਮਾ ਦੀ ਵਡਿਆਈ ਦੀਆਂ ਕਰੇ, ਹੋ ਸਕਦਾ ਵੀ ਤੇਰੇ ਜੀਵਨ ਦਾ ਕਿਤੇ ਨਾ ਕਿਤੇ ਭਲਾ ਹੋ ਜਾਏ। ਆਖਦਿਆ ਇੱਕ ਪਾਸੇ ਤੇਰੇ ਕੋਲ ਕਮਾਈ ਨਹੀਂ ਹੈ, ਨਾਮ ਦੀ ਤੂੰ ਗੱਲਾਂ ਬਹੁਤ ਕਰਦਾ, ਦੂਜੇ ਪਾਸੇ ਦੁਨਿਆਵੀ ਗੱਲਾਂ ਵਿੱਚ ਵੀ ਕਿਸੇ ਨੂੰ ਤੂੰ ਜਿੱਤਣ ਨਹੀਂ ਦਿੰਦਾ, ਦੁਨਿਆਵੀ ਗੱਲਾਂ ਵਿੱਚ ਵੀ ਹਰ ਇੱਕ ਨੂੰ ਮਾਤ ਪਾ ਜਾਂਦਾ, ਪਰ ਦੁਨਿਆਵੀ ਗੱਲਾਂ ਤੈਨੂੰ ਭਾਵੇਂ ਜਿੰਨੀਆਂ ਮਰਜ਼ੀ ਆਉਂਦੀਆਂ ਨੇ, ਪਰ ਚੇਤਿਆ ਰੱਖੀ ਜਿੱਦਣ ਤੂੰ ਪਰਮਾਤਮਾ ਦੀ ਵਡਿਆਈ, ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਨਾ, ਇਹ ਗੱਲਾਂ ਸਭ ਤੋਂ ਵੱਡੀਆਂ ਨੇ ਤੇ ਇਹ ਗੱਲਾਂ ਤੇਰੀਆਂ ਪ੍ਰਵਾਨ ਹੋ ਜਾਣਗੀਆਂ। ਜਿੱਦਣ ਤੂੰ ਉਹਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ, ਤੇ ਉਹ ਵਡਿਆਈ ਕੇਵਲ ਮੁੱਖ ਤੋਂ ਨਹੀਂ, ਉਹ ਵਡਿਆਈ ਤੇਰੇ ਅੰਦਰੋਂ ਹੋਣੀ ਚਾਹੀਦੀ ਹੈ, ਤੇਰੇ ਮਨ ਕਰਕੇ ਹੋਣੀ ਚਾਹੀਦੀ ਹੈ, ਇਕੱਲੀ ਤਨ ਕਰਕੇ ਨਹੀਂ, ਜ਼ੁਬਾਨ ਕਰਕੇ ਨਹੀਂ, ਤੇਰੇ ਮਨ ਵਿੱਚੋਂ ਭਾਵਨਾ ਪਿਆਰ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਆ ਇਸ ਕਰਕੇ ਗੱਲੀ ਗੱਲਾਂ ਸਿਰਜਣਹਾਰ ਜਿਹੜਾ ਪਰਮਾਤਮਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਨਾ, ਜਿਹਨੇ ਸਾਰਾ ਬ੍ਰਹਿਮੰਡ ਸਿਰਜਿਆ, ਉਸ ਪਰਮਾਤਮਾ ਦੀ ਸਿਫਤ, ਉਹਦੀ ਵਡਿਆਈ, ਉਹਦਾ ਨਾਮ ਜਪ
ਜਿੰਨਾ ਆਪਣੀ ਰਸਨਾ ਤੋਂ ਉਹਦਾ ਨਾਮ ਜਪੇਗਾ ਆਹੀ ਤੇਰੀਆਂ ਕੀਤੀਆਂ ਹੋਈਆਂ ਗੱਲਾਂ ਰੱਬ ਦੇ ਕਰ ਥਾਏ ਪੈਣਗੇ, ਜਿੰਨਾ ਉਹਦੀ ਸਿਫਤ ਵਿੱਚ ਜੁੜੇਗਾ। ਫਿਰ ਅੱਗੇ ਆਖਦੇ ਆ ਇਹ ਸੋਚ ਰੱਬ ਤੋਂ ਬਿਨਾਂ ਕੀ ਹੈ, ਰੱਬ ਤੋਂ ਬਿਨਾਂ ਤੇ ਕੁਝ ਵੀ ਨਹੀਂ ਹੈ। ਰੱਬ ਤੋਂ ਬਿਨਾਂ ਸਾਡਾ ਖਾਣਾ, ਸਾਡਾ ਪੀਣਾ, ਸਾਡਾ ਹੱਸਣਾ, ਸਾਡੀ ਜ਼ਿੰਦਗੀ ਸੁੱਖ ਹੰਢਾਉਣੇ ਸਭ ਜੀਰੋ ਨੇ, ਵਿਅਰਥ ਹੈ। ਮਹਾਰਾਜ ਨੇ ਕੋ ਪੰਕਤੀ 'ਚ ਗੱਲ ਨਿਬੇੜੀ ਹੈ ਸਾਰੀ, ਆਖਦਿਆ ਖਾਣਾ ਪੀਣਾ ਹੱਸਣਾ ਬਾਦ, ਬਾਦ ਦਾ ਅਰਥ ਹੈ ਵਿਅਰਥ ਹੈ। ਸਾਨੂੰ ਚੰਗਾ ਖਾਣ ਨੂੰ ਮਿਲਦਾ ਹੈ, ਚੰਗਾ ਪੀਣ ਨੂੰ ਮਿਲਦਾ ਹੈ, ਸਾਡੇ ਜੀਵਨ 'ਚ ਕੋਈ ਖੁਸ਼ੀ ਆਉਂਦੀ ਹੈ, ਅਸੀਂ ਉਸ ਖੁਸ਼ੀ ਦਾ ਇਜ਼ਹਾਰ ਹੱਸ ਕੇ ਕਰਦੇ ਹਾਂ। ਅਸੀਂ ਹੱਸਦੇ ਹਾਂ, ਖੁਸ਼ ਹੁੰਦੇ ਹਾਂ, ਸਾਨੂੰ ਕੋਈ ਖੁਸ਼ੀ ਦੀ ਖਬਰ ਮਿਲੀ ਹੈ। ਮਹਾਰਾਜ ਆਖਦੇ ਆ ਇਹ ਸਭ ਕੁਝ ਵਿਅਰਥ ਹੈ। ਪਤਾ ਕਿੰਨਾ ਚਿਰ ਤੱਕ, ਜਬ ਲਗ ਹਿਰਦੈ ਨਾ ਆਵਹਿ ਯਾਦ, ਜਿੰਨਾ ਚਿਰ ਤੱਕ ਉਸ ਪਰਮਾਤਮਾ ਦੀ ਤੇਰੇ ਹਿਰਦੇ 'ਚ ਯਾਦ ਨਹੀਂ ਨਾ ਆਉਂਦੀ, ਤੈਨੂੰ ਰੱਬ ਚੇਤੇ ਨਹੀਂ ਨਾ ਆਉਂਦਾ, ਤੇਰਾ ਖਾਣਾ ਵੀ ਹਰਾਮ ਹੈ, ਤੇਰਾ ਪੀਣਾ ਵੀ ਹਰਾਮ ਹੈ, ਤੇਰਾ ਹੱਸਣਾ ਵੀ ਹਰਾਮ ਹੈ, ਤੇਰਾ ਸੌਣਾ ਵੀ ਹਰਾਮ ਹੈ, ਜੋ ਰੱਬ ਦੀ ਯਾਦ ਨਹੀਂ ਹੈ। ਸਾਧ ਸੰਗਤ ਤਾਂ ਹੀ ਤੇ ਮਹਾਰਾਜ ਆਖਦੇ ਆ ਕਿ ਪਰਮਾਤਮਾ ਹਰ ਪਲ ਬੰਦੇ ਨੂੰ ਚੇਤੇ ਰਹਿਣਾ ਚਾਹੀਦਾ। ਤੂੰ ਭੋਜਨ ਛਕਦਾ ਤੈਨੂੰ ਉਦੋਂ ਵੀ ਰੱਬ ਚੇਤੇ ਆਏ, ਉਦੋਂ ਵੀ ਸ਼ੁਕਰਾਨੇ ਵਿੱਚ ਜੁੜੇ, ਤੈਨੂੰ ਜ਼ਿੰਦਗੀ 'ਚ ਸੁੱਖ ਮਿਲਦਾ, ਖੁਸ਼ੀ ਮਿਲਦੀ ਹੈ, ਤੇਰੇ ਚਿਹਰੇ 'ਤੇ ਹਾਸਾ ਆਉਂਦਾ, ਉਦੋਂ ਵੀ ਤੈਨੂੰ ਰੱਬ ਚੇਤੇ ਆਏ। ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ ਜੋ ਅੱਜ ਸਾਡੇ ਚਿਹਰਿਆਂ 'ਤੇ ਮੁਸਕਰਾਹਟ ਆਈ ਹੈ, ਅਸੀਂ ਖੁਸ਼ੀਆਂ ਵਿੱਚ ਹੱਸਦੇ ਪਏ ਹਾਂ। ਜਦੋਂ ਪਰਮਾਤਮਾ ਦੀ ਰਹਿਮਤ ਹੋਵੇ ਤੂੰ ਵਧੀਆ ਕੱਪੜੇ ਪਾ ਰਿਹਾ, ਵਧੀਆ ਪੀ ਰਿਹਾ, ਉਦੋਂ ਵੀ ਤੂੰ ਰੱਬ ਦੀ ਯਾਦ ਤੇਰੇ ਹਿਰਦੇ 'ਚ ਹੋਣੀ ਚਾਹੀਦੀ, ਉਦੋਂ ਵੀ ਉਹਦਾ ਸ਼ੁਕਰਾਨਾ ਹੋਵੇ। ਇਸ ਕਰਕੇ ਸੱਚੇ ਪਾਤਸ਼ਾਹ ਜਿਹੜੇ ਬਚਨ ਕਿਹਾ ਕਿ ਜੋ ਸਾਡੀ ਜ਼ਿੰਦਗੀ 'ਚ ਸਾਨੂੰ ਮਿਲਦਾ, ਅਸੀਂ ਖਾਂਦੇ ਹਾਂ, ਪੀਂਦੇ ਹਾਂ, ਸੌਂਦੇ ਹਾਂ, ਪਹਿਨਦੇ ਹਾਂ, ਦੁਨੀਆ ਦੇ ਸੁੱਖਾਂ ਨੂੰ ਹੰਢਾਉਂਦੇ ਹਾਂ ਨਾ, ਜਦੋਂ ਹਰ ਇੱਕ ਚੀਜ਼ ਵਿੱਚ ਸਾਨੂੰ ਰੱਬ ਚੇਤੇ ਆ ਰਿਹਾ, ਇਹਦਾ ਮਤਲਬ ਉਹ ਸਾਰੀਆਂ ਚੀਜ਼ਾਂ ਸਾਡੇ ਲਈ ਮੁਬਾਰਕ ਨੇ, ਸਾਨੂੰ ਉਹ ਚੀਜ਼ਾਂ ਰੱਬ ਦੀ ਯਾਦ ਦਵਾ ਰਹੀਆਂ ਨੇ। ਜਿਹੜੀ ਚੀਜ਼ ਕਰਕੇ ਸਾਨੂੰ ਪਰਮਾਤਮਾ ਚੇਤੇ ਆ ਰਿਹਾ ਨਾ, ਸਮਝ ਲਓ ਸਾਡੀ ਜ਼ਿੰਦਗੀ ਵਿੱਚ ਉਹ ਚੀਜ਼ ਬਹੁਤ ਖਾਸ ਹੈ। ਇਸ ਕਰਕੇ ਹੁਣ ਸਾਡੀ ਵੇਖੋ, ਅਸੀਂ ਜ਼ਿੰਦਗੀ ਸੰਸਾਰਿਕ ਜੀਵਨ ਜਿਉਂਦੇ ਹਾਂ, ਸੰਸਾਰਿਕ ਜੀਵਨ ਜੀਣ ਲਈ ਆਹ ਤੇ ਬੁਨਿਆਦੀ ਚੀਜ਼ਾਂ ਨੇ ਨਾ, ਭੋਜਨ ਹੋ ਗਿਆ, ਕੱਪੜੇ ਹੋ ਗਏ, ਇਹ ਤੇ ਬੁਨਿਆਦੀ ਚੀਜ਼ਾਂ ਨੇ, ਇਹਨਾਂ ਤੋਂ ਬਿਨਾਂ ਤੇ ਜ਼ਿੰਦਗੀ ਦੀ ਕਲਪਨਾ ਹੀ ਨਹੀਂ। ਹੁਣ ਅਸੀਂ ਖਾਂਦੇ ਵੀ ਰੋਜ਼ ਆ, ਕੱਪੜੇ ਵੀ ਰੋਜ਼ ਪਹਿਨਦੇ, ਇਹ ਤੇ ਬੁਨਿਆਦੀ ਚੀਜ਼ਾਂ ਨੇ। ਸਤਿਗੁਰ ਨੇ ਇਹਨਾਂ ਦਾ ਨਾਮ ਤਾਂ ਲਿਆ ਵੀ ਇਹ ਤੂੰ ਰੋਜ਼ ਕਰਦਾ, ਆਹ ਚੀਜ਼ਾਂ ਤੂੰ ਰੋਜ਼ ਕਰਦਾ, ਰੋਜ਼ ਹੀ ਖਾਂਦਾ, ਰੋਜ਼ ਹੀ ਪੀਂਦਾ, ਤੇ ਰੋਜ਼ ਹੀ ਹੱਸਦਾ ਵੀ ਹੈ ਪਰਿਵਾਰ ਨਾਲ, ਮਿੱਤਰਾਂ ਦੇ ਨਾਲ, ਰੋਜ਼ ਹੀ ਕੱਪੜੇ ਵੀ ਬਦਲਦਾ। ਸਤਿਗੁਰੂ ਜੀ ਆਖਦੇ ਆ ਜੇ ਰੋਜ਼ ਭੋਜਨ ਛਕਦਾ, ਰੋਜ਼ ਖਾਂਦਾ, ਰੋਜ਼ ਪੀਂਦਾ, ਰੋਜ਼ ਕੱਪੜੇ ਪਾਉਂਦਾ, ਜੇ ਕਿਤੇ ਇਹ ਇੱਕ ਇੱਕ ਕੰਮ ਕਰਦਿਆਂ ਕਰਦਿਆਂ ਤੈਨੂੰ ਰੱਬ ਚੇਤੇ ਆ ਜਾਏ ਤੇ ਕਿੰਨਾ ਸੋਹਣਾ ਹੋ ਜਾਏ।
ਅਸੀਂ ਤਿੰਨ ਵਕਤ ਭੋਜਨ ਛਕਦੇ ਹਾਂ, ਅਤੇ ਜੇ ਤਿੰਨੇ ਵਕਤ ਭੋਜਨ ਛਕਦੇ ਹਾਂ ਪਹਿਲਾਂ ਉਸ ਰੱਬ ਨੂੰ ਯਾਦ ਕਰੀਏ। ਹਾਂ, ਇੱਕ ਵਾਰੀ ਸਨ ਮੂੰਹ ਚੋਂ ਵਾਹਿਗੁਰੂ ਨਿਕਲੇ ਨਿਕਲੇਗਾ ਤਾਂ ਸਹੀ ਨਾ, ਰੱਬ ਦੀ ਯਾਦ ਤਾਂ ਹਿਰਦੇ ਵਿੱਚ ਆਏਗੀ। ਅਸੀਂ ਆਪਣੇ ਤਨ 'ਤੇ ਲਿਬਾਸ ਪਾਇਆ, ਉਸ ਲਿਬਾਸ ਨੂੰ ਵੇਖ ਕੇ ਵੀ ਰੱਬ ਦੀ ਯਾਦ ਆਉਣੀ ਚਾਹੀਦੀ। ਮਾਲਕਾ ਕਿਰਪਾ ਹੈ, ਆ ਸੋਹਣੇ ਵਸਤਰਾਂ ਨਾਲ ਆਪਣਾ ਤਨ ਢੱਕੀ ਫਿਰਦੇ ਹਾਂ। ਜੇ ਕਿਸੇ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਅਸੀਂ ਹੱਸਦੇ ਹਾਂ ਖੇਡਦੇ ਹਾਂ, ਉਦੋਂ ਵੀ ਰੱਬ ਚੇਤੇ ਆਉਣਾ ਚਾਹੀਦਾ ਕਿ ਮਾਲਕਾ ਤੋਂ ਕਿਰਪਾ ਕੀਤੀ ਹੈ, ਹੱਸਦੇ ਪਏ ਹਾਂ। ਨਹੀਂ ਤੇ ਸਤਿਗੁਰੂ ਜੀ, ਇਸ ਹੱਸਣ ਦੀ ਥਾਂ 'ਤੇ ਰੋਣਾ ਵੀ ਪੱਲੇ ਪੈ ਸਕਦਾ ਹੈ ਉਹਦੇ ਸ਼ੁਕਰਾਨੇ ਵਿੱਚ। ਪਰ ਇਹ ਜਾਚ ਹੈ, ਜਿਹਨੂੰ ਰੱਬ ਨੂੰ ਯਾਦ ਕਰਨਾ ਆ ਗਿਆ ਨਾ ਜੀ, ਉਹ ਹਰ ਇੱਕ ਚੀਜ਼ ਵਿੱਚੋਂ ਰੱਬ ਨੂੰ ਯਾਦ ਕਰ ਸਕਦਾ। ਛੋਟੀ ਛੋਟੀ ਦਾਤ ਉਹਨੂੰ ਮਿਲਦੀ ਆ, ਉਹਦੇ ਵਿੱਚੋਂ ਰੱਬ ਨੂੰ ਚੇਤੇ ਕਰ ਸਕਦਾ। ਯਾਦ ਹੀ ਕਰਨਾ, ਯਾਦ ਕਰਨ ਦਾ ਕੋਈ ਬਹਾਨਾ ਮਿਲ ਜਾਏ ਉਹ ਬਹਾਨਾ ਸਫਲ ਹੈ। ਬਸ ਉਹ ਬਹਾਨਾ ਗਲਤ ਹੈ ਜਿਹੜਾ ਬਹਾਨਾ ਰੱਬ ਨੂੰ ਭੁਲਾਉਂਦਾ, ਜਿਹੜਾ ਬਹਾਨਾ ਰੱਬ ਤੋਂ ਦੂਰ ਕਰਦਾ, ਜਿਹੜਾ ਬਹਾਨਾ ਰੱਬ ਨਾਲੋਂ ਤੋੜਦਾ। ਸਨ ਮਹਾਰਾਜ ਕਹਿੰਦੇ ਆ, ਖਾਣਾ ਪੀਣਾ ਹੱਸਣਾ ਬਾਦ ਜਬ ਲਗ ਰਿਦੈ ਨਾ ਆਵ ਹੈ ਯਾਦ, ਤਉ ਪਰਵਾਹ ਕੇਹੀ ਕਿਆ ਕੀਜੈ। ਸਤਿਗੁਰੂ ਜੀ ਆਖਦਿਆ ਪਈ, ਉਸ ਬੰਦੇ ਨੂੰ ਕੋਈ ਪਰਵਾਹ ਨਹੀਂ ਹੁੰਦੀ, ਉਹ ਬੰਦਾ ਹਮੇਸ਼ਾ ਬੇਪਰਵਾਹ ਰਹਿੰਦਾ। ਕਿਹੜਾ ਇਨਸਾਨ? ਜਨਮ ਜਨਮ ਕਿਛ ਲੀਜੀ ਲੀਜੈ। ਜਿਹੜਾ ਬੰਦਾ ਇਸ ਸੰਸਾਰ 'ਤੇ ਆ ਕੇ ਜਿਹਨੂੰ ਸਮਝ ਪੈ ਗਈ ਕਿ ਮੈਂ ਸੰਸਾਰ 'ਤੇ ਜਿਹੜਾ ਜਨਮ ਲੈ ਕੇ ਆਇਆ ਵਾਂ, ਇਸ ਜਨਮ ਵਿੱਚ ਮੈਂ ਲੈਣਾ ਕੀ ਹੈ, ਮੈਂ ਪ੍ਰਾਪਤ ਕੀ ਕਰਨਾ, ਮੈਂ ਖੱਟਣਾ ਕੀ ਹੈ। ਮਹਾਰਾਜ ਕਹਿੰਦੇ ਲੀਜੀ ਲੀਜੈ, ਲੀਜੀ ਤੋਂ ਭਾਵ ਹੈ ਲੈਣ ਯੋਗ ਚੀਜ਼। ਜਿਹੜੀ ਮੈਂ ਦੁਨੀਆਂ 'ਤੇ ਲੈਣ ਆਇਆ ਹਾਂ, ਮੈਂ ਸੰਸਾਰ 'ਤੇ ਕਿਉਂ ਆਇਆ ਹਾਂ, ਕੀ ਖੱਟਣ ਆਇਆ ਹਾਂ, ਕੀ ਕਮਾਈ ਕਰਨ ਆਇਆ ਹਾਂ, ਬਿਲਕੁਲ ਸਾਫ਼ ਹੈ, ਮੈਂ ਸੰਸਾਰ 'ਤੇ ਧਰਮ ਕਮਾਉਣ ਆਇਆ ਹਾਂ, ਮੈਂ ਸੰਸਾਰ 'ਤੇ ਨਾਮ ਜਪਣ ਆਇਆ ਹਾਂ, ਮੈਂ ਸੰਸਾਰ 'ਤੇ ਬੰਦਗੀ ਕਰਨ ਆਇਆ ਹਾਂ, ਇਹੀ ਤਾਂ ਮੇਰਾ ਇੱਕ ਮਕਸਦ ਹੈ। ਜਿਹਨੂੰ ਮਹਾਰਾਜ ਆਖਦੇ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ। ਜਿਹਨੂੰ ਮਹਾਰਾਜ ਨੇ ਕਹਿ ਦਿੱਤਾ, ਦੁਲਭ ਦੇਹੇ ਪਾਈ ਵੱਡ ਭਾਗੀ, ਨਾਮ ਨਾ ਜਪਹੇ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਨਾਮ, ਨਾਮ ਬਿਹੂਣ ਜੀਵਨ ਕੌਣ ਕਾਮ। ਨਾਮ ਤੋਂ ਬਿਨਾਂ ਤੇ ਜੀਵਨ ਕਿਸੇ ਕੰਮ ਦਾ ਨਹੀਂ ਹੈ। ਜਿਵੇਂ ਇੱਕ ਗੰਨਾ ਰਸ ਤੋਂ ਬਗੈਰ ਉਹਦੀ ਕੋਈ ਕੀਮਤ ਨਹੀਂ ਹੈ, ਗੰਨੇ ਦੀ ਰਸ ਤੋਂ ਬਗੈਰ ਕੀ ਕੀਮਤ ਹੈ? ਕੋਈ ਕੀਮਤ ਨਹੀਂ ਹੈ। ਸਾਧ ਸੰਗਤ ਜੀ, ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਕਤ ਇੱਕ ਸਾਖੀ ਆਉਂਦੀ ਹੈ। ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾ, ਮਹਾਰਾਜ ਇਸ ਲੁਕਾਈ ਦਾ ਉਧਾਰ ਕਰਦਿਆਂ ਹੋਏ ਮਿੱਠਣ ਕੋਟ ਵੱਲ ਪਾਸੇ ਜਾਂਦੇ ਆ। ਉੱਥੇ ਇੱਕ ਫਕੀਰ ਮਿਲਦਾ ਜਿਹਦਾ ਨਾਮ ਸੀ ਮਿੱਠਣ ਸ਼ਾਹ। ਬੜਾ ਪਹੁੰਚਿਆ ਫਕੀਰ ਸੀ ਜੀ, ਕਮਾਈ ਵਾਲਾ ਸੀ ਇਹ। ਸਾਧ ਸੰਗਤ ਮਹਾਰਾਜ ਤੁਰੀ ਜਾਂਦੇ ਆ ਮਰਦਾਨਾ ਨਾਲ ਹੈ, ਸਾਈਂ ਆਪਣੇ ਚੇਲਿਆਂ ਵਿੱਚ ਬੈਠਾ ਹੈ, ਚੇਲਿਆਂ ਵਿੱਚ ਬੈਠਾ ਹੋਇਆ।
ਤੇ ਆਤਮ ਦ੍ਰਿਸ਼ਟੀ ਨਾਲ ਵੇਖਦਾ ਵੀ ਗੁਰੂ ਨਾਨਕ ਆ ਰਿਹਾ। ਆਪਣੇ ਚੇਲਿਆਂ ਨੂੰ ਆਖਦਾ ਯਾਰੋ, ਸ਼ਬਦ ਉਹ ਨਹੀਂ ਵਰਤੇ, ਕਹਿ ਲੱਗਾ ਯਾਰੋ ਤੁਹਾਨੂੰ ਪਤਾ ਕੌਣ ਆ ਰਿਹਾ ਆਪਣੇ ਕੋਲ? ਕਹਿਣ ਲੱਗੇ ਪੀਰ ਜੀ ਕੌਣ ਆ ਰਿਹਾ? ਆਖਦਾ ਆਪਣੇ ਕੋਲ ਗੁਰੂ ਨਾਨਕ ਆ ਰਿਹਾ ਜਿਹਨੇ ਦੁਨੀਆਂ ਨੂੰ ਜਿੱਤਿਆ ਹੋਇਆ, ਉਹਨੂੰ ਅੱਜ ਤੋਂ ਕੋਈ ਹਰਾ ਨਹੀਂ ਸਕਿਆ। ਵੱਡੇ ਵੱਡੇ ਪੀਰ ਪੈਗੰਬਰਾਂ ਨੂੰ ਜਿੱਤਿਆ ਹੋਇਆ, ਆਪਣੇ ਕੋਲ ਉਹ ਆ ਰਿਹਾ। ਤੇ ਆਖਦਾ ਯਾਰੋ ਦੇਖੋ ਜਿਹਨੂੰ ਅੱਜ ਤੱਕ ਕੋਈ ਮਾਤ ਨਹੀਂ ਨਾ ਪਾ ਸਕਿਆ, ਆ ਲੈਣ ਦੇ ਉਹਨੂੰ, ਇੱਥੋਂ ਨਹੀਂ ਜਿੱਤ ਕੇ ਜਾਏਗਾ। ਉਹਨੇ ਸ਼ਬਦ ਵਰਤੇ, ਆਖਦਾ ਉਹਨੂੰ ਆ ਲੈਣ ਦਿਓ, ਉਹਨੂੰ ਇਵੇਂ ਲਾ ਦਿਆਂਗੇ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਹੈ। ਉਹਦੇ ਚੇਲੇ ਖੁਸ਼ ਹੋ ਗਏ ਵੀ ਸਾਡਾ ਗੁਰੂ ਵੱਡਾ ਹੈ। ਉੱਧਰ ਮਹਾਰਾਜ ਕੋਲ ਵੀ ਗੱਲ ਪਹੁੰਚ ਗਈ, ਕਿਉਂਕਿ ਜੋ ਰੂਹਾਨੀਅਤ ਵਾਲੇ ਆ ਉਹ ਕਿਤੇ ਵੀ ਬੈਠੇ ਹੋਣ ਉਹ ਇੱਕ ਦੂਜੇ ਦੀ ਗੱਲ ਨੂੰ ਬੁੱਝ ਲੈਂਦੇ ਆ। ਮਹਾਰਾਜ ਤੁਰੇ ਆਉਂਦੇ ਆ, ਸਤਿਗੁਰ ਰੁਕ ਕੇ ਹੱਸਣ ਲੱਗ ਪਏ। ਮਰਦਾਨਾ ਕਹਿੰਦਾ ਬਾਬਾ ਕੀ ਗੱਲ ਹੈ, ਇਕੱਲੇ ਹੱਸੀ ਜਾਂਦੇ ਹੋ? ਸਤਿਗੁਰੂ ਜੀ ਕਹਿ ਲੱਗੇ ਤੈਨੂੰ ਪਤਾ ਜਿੱਥੇ ਆਪਾਂ ਜਾਣਾ ਨਾ, ਉਹ ਪਤਾ ਕੀ ਕਹਿੰਦਾ ਪਿਆ? ਉਹ ਆਖਦਾ ਪਿਆ ਆ ਲੈਣ ਦਿਓ ਬਾਬੇ ਨੂੰ, ਇਵੇਂ ਲਾ ਦਿਆਂਗੇ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਹੈ। ਤੇ ਮਰਦਾਨਾ ਆਖਦਾ ਬਾਬਾ ਫਿਰ ਆਪਾਂ ਕੀ ਕਰਾਂਗੇ? ਮਹਾਰਾਜ ਆਖਦਿਆ ਮਰਦਾਨਾ ਘਬਰਾਉਣਾ ਕਿਉਂ ਹੈ, ਕਰਤਾਰ ਨਾਲ ਹੈ, ਉਹਨੂੰ ਆਪਾਂ ਇਵੇਂ ਨਿਚੋੜ ਦਿਆਂਗੇ ਜਿਵੇਂ ਨਿੰਬੂ ਨਿਚੋੜੀ ਦੇ। ਮਹਾਰਾਜ ਨੇ ਸ਼ਬਦ ਕਹੇ, ਹੁਣ ਇਹ ਸ਼ਬਦ ਮਿੱਠਣ ਸ਼ਾਹ ਕੋਲ ਪਹੁੰਚ ਗਏ। ਜਦੋਂ ਮਿੱਠਣ ਸ਼ਾਹ ਦੇ ਇਹ ਸ਼ਬਦ ਸੁਣੇ ਕਿ ਇਵੇਂ ਨਿਚੋੜ ਦਿਆਂਗੇ ਜਿਵੇਂ ਨਿੰਬੂ ਨਿਚੋੜੀ ਦੇ, ਇੱਕੇ ਦਮ ਹੇਠਾਂ ਉਤਰ ਜਾਂਦੇ ਆਸਣ ਤੋਂ ਆਪਣੇ, ਇੱਕੇ ਦਮ। ਚੇਲੇ ਪੁੱਛਦਿਆ ਕੀ ਹੋ ਗਿਆ? ਉਹ ਆਖਦਾ ਉਹ ਐਵੇਂ ਕਹਿ ਬੈਠੇ ਆ ਦੁੱਧ ਤੋਂ ਮਲਾਈ ਵਾਂਗ ਲਾ ਦਿਆਂਗੇ। ਉਹਨੇ ਜਵਾਬ ਭੇਜਤਾ ਅੱਗਿਓ, ਤੇ ਚੇਲੇ ਕਹਿਣਗੇ ਕੀ ਜਵਾਬ ਭੇਜਿਆ? ਕਹਿਣ ਲੱਗਾ ਉਹਨੇ ਜਵਾਬ ਪਤਾ ਕੀ ਦਿੱਤਾ? ਉਹਨੇ ਜਵਾਬ ਦਿੱਤਾ ਨਿੰਬੂ ਦੇ ਵਾਂਗ ਨਿਚੋੜ ਦਿਆਂਗਾ। ਤੇ ਪੀਰ ਆਖਦਾ ਤੁਹਾਨੂੰ ਪਤਾ ਦੁੱਧ ਤੋਂ ਮਲਾਈ ਲਾ ਦੀ ਹੈ ਤੇ ਦੁੱਧ ਦੀ ਕੀਮਤ ਫਿਰ ਵੀ ਰਹਿੰਦੀ ਹੈ, ਪਰ ਜੇ ਜੀ ਨਿੰਬੂ ਨੂੰ ਨਿਚੋੜ ਦੀ ਹੈ ਤੇ ਨਿੰਬੂ ਦੀ ਕੀਮਤ ਖਤਮ ਹੋ ਜਾਂਦੀ ਹੈ। ਲੋਕੀ ਨਿੰਬੂ ਨੂੰ ਨਿਚੋੜ ਕੇ ਉਹਨੂੰ ਬਾਹਰ ਹੀ ਸੁੱਟਦੇ ਆ, ਘਰ ਵਿੱਚ ਨਹੀਂ ਰੱਖਦੇ। ਜੇ ਬਾਬੇ ਨੇ ਨਿਚੋੜ ਕੇ ਰੱਖ ਦਿੱਤਾ ਨਾ, ਮੈਂ ਕਿਸੇ ਜੋਗਾ ਨਹੀਂ ਰਹਿਣਾ। ਭਾਵ ਜਿਵੇਂ, ਕਿਉਂਕਿ ਪੀਰ ਕਮਾਈ ਕਰਕੇ ਪੀਰ ਹੈ, ਬੰਦਗੀ ਕਰਕੇ ਫਕੀਰ ਹੈ। ਜੇ ਉਹਦੇ ਕੋਲ ਬੰਦਗੀ ਨਹੀਂ ਹੈ ਤੇ ਸਮਝ ਲਓ ਨਿਚੁੜਿਆ ਹੋਇਆ ਨਿੰਬੂ ਹੈ, ਉਹ ਕੋਈ ਤੱਤ ਨਹੀਂ ਉਹਦੇ ਵਿੱਚ, ਫਿਰ ਬਸ ਉਹ ਦਿਖਾਵੇ ਦਾ ਹੈ ਛਿਲਕਾ, ਇੱਕ ਤਾਤੀ ਨਹੀਂ ਉਹਦੇ ਵਿੱਚ। ਨਿੰਬੂ ਰਸ ਕਰਕੇ ਹੈ, ਪੀਰ ਬੰਦਗੀ ਕਰਕੇ ਹੈ, ਨਾਮ ਦੇ ਰਸ ਕਰਕੇ ਹੈ। ਤੇ ਮਹਾਰਾਜ ਆਖਦੇ ਇਸੇ ਤਰ੍ਹਾਂ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਬੰਦਗੀ ਨਹੀਂ ਹੈ ਉਹ ਸਮਝ ਲਓ ਥੋਥਾ ਹੈ, ਉਹਦੇ ਪੱਲੇ ਕੱਖ ਨਹੀਂ ਹੈ। ਮਹਾਰਾਜ ਆਖਦੇ ਹਾਂ ਨਾਮ ਬਿਹੂਣ ਜੀਵਨ ਕੌਣ ਕਾਮ। ਸਾਡੇ ਗੁਰੂ ਸਾਹਿਬ ਐਸੇ ਮਹਾਨ ਸਨ ਉਹ ਕਿ ਉਹਨਾਂ ਤੋਂ ਵੱਡਾ ਕੋਈ ਨਹੀਂ ਹੋ ਸਕਦਾ। ਜੇ ਉਹਨਾਂ ਦਾ ਸਾਨੀ ਕਿੰਨੇ ਬਣਨਾ ਹੈ ਗਰੀਬ ਨਵਾਜੀ ਦਾ? ਸੱਚੇ ਪਾਤਸ਼ਾਹ ਜੀ ਅੱਜ ਸਾਨੂੰ ਕਹਿ ਰਹੇ ਆ ਤਉ ਪਰਵਾਹ ਕੇ ਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ। ਆਖਦਿਆ ਪਤਾ ਨੀ ਕਿੰਨੇ ਜਨਮ ਜਨਮਾਂਤਰਾਂ ਹੋ ਗਏ ਤੈਨੂੰ ਦੁਨੀਆਂ ਤੇ ਆਉਂਦੇ ਆ ਜਾਂਦੇ ਆ,
ਕੁਝ ਹੁਣ ਤੇ ਖੱਟ ਕੇ ਜਾ, ਉਸ ਪਰਮਾਤਮਾ ਦੇ ਨਾਮ ਨੂੰ ਜਪ ਜੋ ਦੁਨੀਆਂ ਤੇ ਲੈਣ ਆਇਆ। ਜਿਹੜੀ ਚੀਜ਼ ਲੈਣ ਯੋਗ ਹੈ ਤੇਰੀ, ਉਹਦੇ ਵੱਲ ਜ਼ਿਆਦਾ ਧਿਆਨ ਦੇ, ਆਪਣਾ ਰਹਾਉ। ਫਿਰ ਅੱਗੇ ਆਖਦਿਆ, ਮਨ ਕੀ ਮਤ ਮਤਾਗਲ ਮਤਾ। ਮਤਾਗਲ ਦਾ ਅਰਥ ਹੁੰਦਾ ਹੈ ਜੀ ਹਾਥੀ। ਆਖ ਜਿਹੜਾ ਮੇਰਾ ਮਨ ਹੈ ਨਾ, ਇਹ ਮਨ ਮਨਮੁਖੀ ਹੈ, ਇਸ ਮਨ ਦੀ ਮਤ ਵੀ ਭੈੜੀ ਹੈ। ਇਹ ਸਮਝ ਲਓ, ਇਹ ਮਨ ਮੇਰਾ ਭੈੜੀ ਮਤ ਦੀ ਸ਼ਰਾਬ ਨਾਲ ਮਸਤ ਹੋਇਆ ਪਿਆ ਹੈ। ਭੈੜੀ ਮਤ ਦੀ ਸ਼ਰਾਬ ਨਾਲ ਮਸਤ ਹੋਇਆ ਪਿਆ ਹੈ। ਤੇ ਜਦੋਂ ਮਨੁੱਖ ਭੈੜੀ ਮਤ ਦਾ ਸ਼ਿਕਾਰ ਹੋ ਜਾਂਦਾ, ਭਾਵ ਉਹਦੀ ਮਤ ਭੈੜੀ, ਉਹਦੇ ਕਰਮ ਭੈੜੇ, ਤੇ ਆਖਦਿਆ ਫਿਰ ਭੈੜੀ ਮਤ ਵਾਲਾ ਜੋ ਕੁਝ ਬੋਲਦਾ ਹੈ ਸਭ ਖਤਾ ਹੀ ਬੋਲਦਾ, ਭਾਵ ਪਾਪ ਵਾਲੇ ਕੰਮ ਹੀ ਬੋਲਦਾ ਹੈ। ਉਹਦੀ ਹਰ ਇੱਕ ਗੱਲ ਵਿੱਚ, ਉਹਦੇ ਹਰ ਇੱਕ ਕਰਮ ਵਿੱਚ ਗੁਨਾਹ ਹੈ। ਜਿਹਦੀ ਮਤ ਭੈੜੀ ਹੈ, ਜਿਹਦੀ ਮਤ ਪਾਪਾਂ ਵਾਲੀ ਹੋ ਚੁੱਕੀ ਹੈ, ਆਖਦਿਆ ਜੋ ਕਿਛ ਬੋਲੀਏ ਸਭ ਖਤੋ ਖਤਾ। ਖਤਾ ਦਰ ਤੁਸੀਂ ਸਮਝਦੇ ਹੋ ਪਾਪ, ਗੁਨਾਹ, ਅਪਰਾਧ। ਉਹਦਾ ਬੋਲਣਾ ਵੀ ਪਾਪ ਹੈ, ਯਾਦ ਰੱਖਿਓ। ਜਿਹੜਾ ਬੰਦਾ ਨਾਮ ਨਹੀਂ ਨਾ ਜਪਦਾ ਜੀ, ਨਾਮ ਤੋਂ ਬਿਨਾਂ ਉਹਦਾ ਬੋਲਣਾ ਵੀ ਪਾਪ ਹੈ, ਨਾਮ ਜਪਣ ਤੋਂ ਬਿਨਾਂ ਜੋ ਕੁਝ ਕਰਦਾ ਹੈ ਉਹ ਵੀ ਪਾਪ ਹੈ। ਜੋ ਕਿਛ ਬੋਲੀਏ ਸਭ ਖਤੋ ਖਤਾ। ਫਿਰ ਅੱਗੇ ਆਖਦਿਆ, ਕਿਆ ਮੂੰਹ ਲੈ ਕੀਚੈ ਅਰਦਾਸ, ਪਾਪ ਪੁੰਨ ਦੁਇ ਸਾਖੀ ਪਾਸ। ਮੈਂ ਕਿਹੜਾ ਮੂੰਹ ਲੈ ਕੇ ਰੱਬ ਅੱਗੇ ਅਰਦਾਸ ਕਰਾਂ, ਮੇਰੇ ਪਾਪ ਤੇ ਮੇਰੇ ਪੁੰਨ ਦੋਵੇਂ ਗਵਾਹ ਨੇ ਕਿ ਆਹ ਬੰਦੇ ਦੀਆਂ ਆਹ ਕਰਤੂਤਾਂ ਨੇ। ਕਿਉਂਕਿ ਵੇਖੋ, ਸਾਡੇ ਪਾਪ ਸਾਡੇ ਪੁੰਨ ਗਵਾਹ ਨੇ। ਜੇ ਮੈਂ ਮਾੜੇ ਕਰਮ ਕੀਤੇ, ਮੈਂ ਦੂਜੇ ਬੰਦੇ ਦੇ ਅੱਗੇ ਸਿਰ ਉੱਚਾ ਕਰਕੇ ਨਹੀਂ ਖੜਾ ਹੋ ਸਕਦਾ। ਮੈਨੂੰ ਪਤਾ ਹੈ ਮੇਰੇ ਪਾਪ ਗਵਾਹ ਨੇ ਵੀ ਆਹ ਬੰਦਾ ਪਾਪੀ ਹੈ, ਇਹਨੇ ਕੋਈ ਚੱਜ ਦਾ ਕੰਮ ਨਹੀਂ ਕੀਤਾ। ਹੁਣ ਜੇ ਇਸ ਬੰਦੇ ਨੇ ਕੋਈ ਚੱਜ ਦਾ ਨਹੀਂ ਕੰਮ ਕੀਤਾ, ਉਹ ਕਦੀ ਨਜ਼ਰਾਂ ਉੱਚੀਆਂ ਕਰਕੇ ਥੋੜਾ ਖੜਾ ਹੋ ਸਕਦਾ ਜੀ ਦੂਜੇ ਬੰਦੇ ਅੱਗੇ? ਉਹਨੂੰ ਤੇ ਨਜ਼ਰਾਂ ਝੁਕਾ ਕੇ ਖੜਾ ਹੋਣਾ ਪੈਣਾ। ਮਹਾਰਾਜ ਤਾਂ ਆਖਦੇ ਆ ਵੀ ਕਿਆ ਮੂੰਹ ਲੈ ਕੀਚੈ ਅਰਦਾਸ, ਕਿਹੜਾ ਮੂੰਹ ਲੈ ਕੇ ਅਰਦਾਸ ਕਰੀਏ? ਕੋਈ ਚੱਜ ਦਾ ਕੰਮ ਕੀਤਾ ਹੋਵੇ ਤੇ ਖੜੇ ਹੋਈਏ ਰੱਬ ਅੱਗੇ ਜਾ ਕੇ। ਚੱਜ ਦਾ ਤੇ ਕੰਮ ਹੀ ਨਹੀਂ ਕੋਈ ਕੀਤਾ। ਪਾਪ ਪੁੰਨ ਦੋਏ ਸਾਖੀ, ਸਾਖੀ ਦਾ ਅਰਥ ਹੁੰਦਾ ਗਵਾਹ। ਇਹ ਦੋਵੇਂ ਗਵਾਹ ਨੇ, ਪਾਪ ਵੀ ਬੰਦੇ ਦਾ ਗਵਾਹ ਹੈ ਤੇ ਪੁੰਨ ਵੀ ਬੰਦੇ ਦਾ ਗਵਾਹ ਹੈ। ਇਹੀ ਇਹਨਾਂ ਨੇ ਤੇ ਸਾਡੀ ਗਵਾਹੀ ਭਰਨੀ ਆ ਰੱਬ ਦੇ ਘਰ ਵੀ ਆਹ ਬੰਦੇ ਨੇ ਚੰਗੇ ਕੰਮ ਕੀਤੇ ਆ। ਉੱਥੇ ਪਾਪ ਪੁੰਨ ਹੀ ਦਿਸਣੇ ਆ ਸਾਡੇ, ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾਵਾਂਗੇ। ਅੱਗੇ ਮਹਾਰਾਜ ਕਹਿ ਰਿਹਾ, ਜੈਸਾ ਤੂੰ ਕਰੇ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾ ਹੀ ਕੋਈ। ਵਾਹਿਗੁਰੂ ਜੀ, ਜੈਸਾ ਤੁਸੀਂ ਕਰਨਾ ਚਾਹੁੰਦੇ ਹੋ ਵੈਸਾ ਹੀ ਹੁੰਦਾ, ਤੁਹਾਡੇ ਤੋਂ ਵੱਡੀ ਸਮਰੱਥਾ ਵਾਲਾ ਹੋਰ ਕੋਈ ਨਹੀਂ ਹੈ ਜਿਹੜਾ ਸਭ ਕੁਝ ਦੁਨੀਆਂ ਤੇ ਕਰ ਰਿਹਾ। ਜੇ ਹੀ ਤੂੰ ਮਤ ਦੇਹੇ ਤੇ ਹੀ ਕੋ ਪਾਏ। ਮਹਾਰਾਜ, ਜੇ ਉਹ ਜੀ ਤੁਸੀਂ ਸਮਝ ਦਿੰਦੇ ਹੋ, ਸੋਝੀ ਦਿੰਦੇ ਹੋ, ਵੈਸੀ ਹੀ ਸੋਝੀ ਬੰਦਾ ਵੈਸੀ ਹੀ ਮਤ ਪਾ ਲੈਂਦਾ। ਤੁਦ ਆਪੇ ਭਾਵੈ ਤਿਵੇਂ ਚਲਾਵੈ। ਮਹਾਰਾਜ ਜੀ, ਜਿਵੇਂ ਤੁਹਾਨੂੰ ਭਾਉਂਦਾ ਨਾ, ਤੁਸੀਂ ਉਵੇਂ ਹੀ ਸਾਨੂੰ ਚਲਾਉਂਦੇ। ਹੁਣ ਆਹ ਪੰਕਤੀ ਆਮ ਬੰਦਾ ਨਹੀਂ ਕਹਿ ਸਕਦਾ, ਇਹ ਪੰਕਤੀ ਗੁਰਮੁਖ ਹੀ ਕਹੇਗਾ। ਗੁਰਮੁਖ ਕਹੇਗਾ ਇਹ ਕਿ ਰੱਬ ਜੀ ਜਿਵੇਂ ਤੁਸੀਂ, ਜਿਵੇਂ ਤੁਹਾਨੂੰ ਭਾਉਂਦਾ ਤੁਸੀਂ ਉਵੇਂ ਕਰਵਾ ਰਹੇ।
ਹਰ ਇੱਕ ਵੇਖੋ ਬਾਣੀ ਦੀ ਤੁਕ ਨੂੰ ਸਮਝਣ ਦਾ ਨਜ਼ਰੀਆ ਗੁਰਮੁਖ ਉਹਨੂੰ ਹੋਰ ਢੰਗ ਨਾਲ ਵੇਖਦਾ, ਮਨਮੁਖ ਉਹਨੂੰ ਹੋਰ ਢੰਗ ਨਾਲ ਵੇਖਦਾ। ਹੁਣ ਮਨਮੁਖ ਇਹਨੂੰ ਜੇ ਦੇਖੇਗਾ ਉਹ ਪਤਾ ਕੀ ਕਹੇਗਾ, ਉਹਨੇ ਕਹਿਣਾ ਲੈ ਗੁਰੂ ਸਾਹਿਬ ਨੇ ਤੇ ਆਪ ਕਿਹਾ, ਗੁਰੂ ਸਾਹਿਬ ਵੀ ਤੇ ਪਾਪ ਕਰਵਾ ਰਿਹਾ ਤਾਂ ਇਹ ਕਰੀ ਜਾਂਦਾ ਮੈਂ, ਉਹਨੇ ਇਹੀ ਕਹਿਣਾ ਵੀ ਸਭ ਕੁਝ ਗੁਰੂ ਸਾਹਿਬ ਮੇਰੇ ਕੋਲੋਂ ਕਰਵਾ ਰਿਹਾ, ਮੈਂ ਤਾਂ ਹੀ ਮਾੜੇ ਕੰਮ ਕਰਦਾ, ਉਹਦੇ ਬਿਨਾਂ ਮੈਂ ਕੀ ਕਰ ਸਕਦਾ। ਪਰ ਗੁਰਮੁਖ ਇਹਨੂੰ ਕਹਿ ਸਕਦਾ, ਗੁਰਮੁਖ ਇਹ ਤੇ ਇਹ ਪੰਕਤੀ ਟੁੱਕਦੀ, ਉਹ ਕਹਿੰਦੇ ਵੀ ਜੈਸਾ ਤੂੰ ਕਰੇ ਤੈਸਾ ਕੋ ਹੋਏ, ਉਹ ਕੋਈ ਚੰਗਾ ਕੰਮ ਕਰਦੇ ਉਹ ਆਖਦਾ ਰੱਬ ਜੀ ਤੁਸੀਂ ਕਰਵਾਇਆ ਤਾਂ ਕੀਤਾ ਮੈਂ, ਜੈਸਾ ਤੂੰ ਕਰੇ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾ ਹੀ ਕੋਏ, ਜੇਹੀ ਤੂੰ ਮਤ ਦੇਹੇ ਤੇਹੀ ਕੋ ਪਾਵੈ, ਤੂੰ ਦਾਪੇ ਭਾਵੈ ਤਿਵੇਂ ਚਲਾਵੈ। ਫਿਰ ਅਖੀਰ ਤੇ ਆਖ ਦਿਆ ਰਾਗ ਰਤਨ ਪਰੀਆਂ ਪਰਿਵਾਰ, ਤਿਸ ਵਿੱਚ ਉਪਜੈ ਅੰਮ੍ਰਿਤਸਾਰ। ਸਤਿਗੁਰੂ ਜੀ ਇਹ ਰਾਗ ਇਹਨਾਂ ਦੇ ਅੱਗੇ ਪਰਿਵਾਰ ਪਰੀਆਂ ਜੋ ਤੁਹਾਡੀਆਂ ਹਮੇਸ਼ਾ ਸਿਫਤਾਂ ਤੇ ਵਡਿਆਈਆਂ ਗਾਉਂਦੀਆਂ ਰਹਿੰਦੀਆਂ ਨੇ, ਜਿਹੜੇ ਇਸ ਬੰਦੇ ਨੂੰ ਰਾਗ ਆਉਂਦੇ ਆ, ਜਿਹੜਾ ਬੰਦਾ ਰਾਗਾਂ ਦਾ ਜਾਣਕਾਰ ਹੈ, ਸਤਿਗੁਰੂ ਜੀ ਜਦੋਂ ਇਹਨਾਂ ਰਾਗਾਂ ਵਿੱਚ ਉਹ ਤੁਹਾਡੀ ਸਿਫਤ ਸਲਾਹ ਕਰਦਾ ਨਾ, ਤੁਹਾਡੇ ਗੁਣਾਂ ਨੂੰ ਗਾਉਂਦਾ, ਤੇ ਇੰਜ ਲੱਗਦਾ ਜਿਵੇਂ ਉਹ ਅੰਮ੍ਰਿਤ ਇਕੱਠਾ ਕਰਦਾ ਹੋਵੇ, ਕਿਉਂਕਿ ਉਹ ਉਸ ਮਾਲਕ ਦਾ ਕੀਰਤਨ ਕਰਨਾ ਨਾ, ਉਹਦੀ ਸਿਫਤ ਸਲਾਹ ਕਰਨੀ ਇੱਕ ਤਰ੍ਹਾਂ ਦਾ ਅੰਮ੍ਰਿਤ ਇਕੱਠਾ ਕਰਨਾ ਹੈ। ਸਤਿਗੁਰ ਨੇ ਇਵੇਂ ਨਹੀਂ ਆਖਿਆ ਵੀ ਕਲਯੁਗ ਮੈਂ ਕੀਰਤਨ ਪ੍ਰਧਾਨਾ, ਉਹਦੀ ਸਿਫਤ। ਹੁਣ ਕੀ ਇੱਥੇ ਇਕੱਲਾ ਕੀਰਤਨ ਇਹ ਨਹੀਂ ਹੈ ਵੀ ਕਿਸੇ ਸਾਜ਼ ਤੇ ਕੀਤਾ ਜਾਏ, ਉਸ ਮਾਲਕ ਦੀ ਵਡਿਆਈ ਕਰਨੀ ਹੈ, ਉਹਦੀ ਕੀਰਤੀ ਨੂੰ ਗਾਉਣਾ, ਜਿਵੇਂ ਮਰਜ਼ੀ ਗਾਇਆ ਜਾ ਸਕਦਾ। ਪਾਤਸ਼ਾਹ ਜੀ ਕਹਿ ਰਹੇ ਰਾਗ ਰਤਨ ਭਰੀਆਂ ਪਰਿਵਾਰ, ਤਿਸ ਵਿੱਚ ਉਪਜੈ ਅੰਮ੍ਰਿਤਸਾਰ। ਇਹਨਾਂ ਰਾਗਾਂ ਵਿੱਚੋਂ ਰੱਬ ਦੀ ਸਿਫਤ ਜਦੋਂ ਪੈਦਾ ਹੋਏਗੀ, ਜਦੋਂ ਮਹਾਰਾਜ ਜਾਂਦੇ ਆ ਬਗਦਾਦ ਹੈ ਨਾ, ਉੱਥੇ ਕਿਹਾ ਗਿਆ ਰਾਗ ਨਾ ਗਾਓ, ਇਸਲਾਮ ਵਿੱਚ ਰਾਗ ਦੀ ਮਨਾਹੀ ਸੀ। ਮਹਾਰਾਜ ਆਖਦੇ ਤੁਸੀਂ ਤਾਂ ਮਨਾ ਕਰਦੇ ਹੋ ਵੀ ਰਾਗ ਕੋਠਿਆਂ ਤੇ ਗਾਏ ਜਾਂਦੇ ਆ, ਰਾਗ ਵੇਸ਼ਵਾਂ ਕੋਲ ਗਾਏ ਜਾਂਦੇ ਆ। ਮਹਾਰਾਜ ਆਖਦੇ ਇਹਨਾਂ ਰਾਗਾਂ ਵਿੱਚ ਰੱਬ ਦੀ ਸਿਫਤ ਵੀ ਕੀਤੀ ਜਾ ਸਕਦੀ ਹੈ, ਇਹ ਤੇ ਬੰਦੇ ਤੇ ਆਪਣੇ ਤੇ ਡਿਪੈਂਡ ਹੈ, ਉਹਨੇ ਭਾਂਡੇ ਵਿੱਚ ਜ਼ਹਿਰ ਪਾ ਕੇ ਪੀਣੀ ਹੈ ਕਿ ਅੰਮ੍ਰਿਤ ਪਾ ਕੇ ਪੀਣਾ। ਤੁਸੀਂ ਜ਼ਹਿਰ ਪਾ ਕੇ ਨਾ ਪੀਵੋ, ਹਾਂ ਤੁਸੀਂ ਅੰਮ੍ਰਿਤ ਪਾ ਕੇ ਪੀਵੋ। ਰਾਗਾਂ ਵਿੱਚ ਰੱਬ ਦੀ ਸਿਫਤ ਗਾਓ, ਇਹੀ ਸਿਫਤ ਤੁਹਾਨੂੰ ਅੰਮ੍ਰਿਤ ਦੇਵੇਗੀ। ਜਦੋਂ ਰਾਗਾਂ ਵਿੱਚ ਤੁਸੀਂ ਦੁਨੀਆਂ ਦਾ ਲਚਰ ਗਾਉਂਦੇ ਹੋ ਤੇ ਉਹ ਤੁਹਾਡੇ ਜ਼ਹਿਰ ਬਣ ਜਾਂਦਾ। ਮਹਾਰਾਜ ਨੇ ਆਖਿਆ ਸਿਫਤ ਕਰੋ ਰੱਬ ਦੀ, ਉਹਦੀਆਂ ਵਡਿਆਈਆਂ ਗਾਓ, ਫਿਰ ਪ੍ਰਵਾਨ ਹੈ। ਪਾਤਸ਼ਾਹ ਜੀ ਆਖਦਿਆ ਤਿਸ ਵਿੱਚ ਉਪਜੈ ਅੰਮ੍ਰਿਤਸਾਰ, ਨਾਨਕ ਕਰਤੇ ਕਾ ਇਹੋ ਧਨ ਮਾਲ, ਜੇ ਕੋ ਬੋਝੈ ਇਹੋ ਵਿਚਾਰ। ਇਹੀ ਸਾਡੀ ਕਮਾਈ ਹੈ ਜੀ, ਇਹੀ ਸਾਡਾ ਇਕੱਠਾ ਕੀਤਾ ਹੋਇਆ ਮਾਲ ਹੈ, ਪੂੰਜੀ ਹੈ। ਜਿੰਨਾ ਕੋਈ ਨਾਮ ਜਪ ਲੇਗਾ, ਜਿੰਨੀ ਕੋਈ ਬੰਦਗੀ ਕਰ ਲੇਗਾ, ਪਰ ਇਹ ਉਹੀ ਕਰੇਗਾ ਜਿਹਨੂੰ ਮਾਲਕ ਚੰਗੀ ਵਿਚਾਰ ਦੇਵੇਗਾ, ਜਿਹਨੂੰ ਚੰਗੀ ਸਮਝ ਹੈ, ਨਹੀਂ ਤੇ ਆਮ ਬੰਦਾ ਤੇ ਇਸ ਪਾਸੇ ਚੱਲ ਹੀ ਨਹੀਂ ਸਕਦਾ। ਸਤਿਗੁਰੂ ਜੀ ਕਹਿ ਰਿਹਾ ਨਾਨਕ ਕਰਤੇ ਕਾ ਇਹੋ ਧਨ ਮਾਲ, ਜੇ ਕੋ ਬੂਝੈ ਇਹੋ ਵਿਚਾਰ। ਜੇ ਕਿਸੇ ਨੂੰ ਸਮਝ ਆ ਗਈ, ਇਸ ਗੱਲ ਦੀ ਸੋਝੀ ਆ ਗਈ, ਉਹੀ ਫਿਰ ਨਾਮ ਧਨ ਇਕੱਠਾ ਕਰਦਾ।
ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰ ਜੀ ਇਹੀ ਸਾਨੂੰ ਸਮਝਾ ਰਹੇ ਆ। ਮਹਾਰਾਜ ਕਿਰਪਾ ਕਰ, ਰੋਜ਼ ਸਤਿਗੁਰ ਜੀ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਬਿਠਾ ਲੈਂਦੇ ਆ, ਆਪਣੀਆਂ ਸਿਫਤਾਂ ਆਪਣੀਆਂ ਵਡਿਆਈਆਂ ਸੁਣਾਉਂਦੇ ਆ, ਕਰਵਾਉਂਦੇ ਆ। ਇਸੇ ਤਰ੍ਹਾਂ ਪਾਤਸ਼ਾਹ ਜੀ ਆਪਣੀਆਂ ਰਹਿਮਤਾਂ ਸਾਡੇ 'ਤੇ ਵਰਤਾਉਂਦੇ ਰਹਿਣ। ਆਓ ਥੋੜ੍ਹਾ ਜਿਹਾ ਸਮਾਂ ਆਪਾਂ ਜੁੜਨਾ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।